ਆ ਇੱਕ ਵਾਰਤਾ ਮੇਰੇ ਸਾਹਮਣੇ ਆਈ ਹੱਡ ਬੀਤੀ ਜੀ 2021 ਦੇ ਵਿੱਚ ਸਾਧ ਸੰਗਤ ਮੈਨੂੰ ਇਹ ਕੈਨੇਡਾ ਕੋਈ ਬੀਬੀ ਹੈ ਸਾਧ ਸੰਗਤ ਭੈਣ ਸਾਡੀ ਸੰਗਤੀ ਸੁਰਜੀਤ ਕੌਰ ਜੀ ਉਹਨਾਂ ਨੇ 2021 'ਚ ਮੈਨੂੰ ਆਹ ਸਾਰੀ ਗੱਲ ਭੇਜੀ ਸੀ ਕੁਦਰਤੀ ਉਹ ਸਾਧ ਸੰਗਤ ਮਤਲਬ ਨਹੀਂ ਧਿਆਨ 'ਚ ਰਿਹਾ ਦੇਖਣਾ ਪਿਛਲੀਆਂ ਪੋਸਟਾਂ ਦਾਸ ਦੇਖ ਰਿਹਾ ਸੀ ਅਤੇ ਕੁਦਰਤੀ ਆ ਚੀਜ਼ ਸਾਹਮਣੇ ਆ ਗਈ ਅਤੇ ਮੈਂ ਮਨਜੋਤ ਸਿੰਘ ਜੀ ਨੂੰ ਕਿਹਾ ਉਹਨਾਂ ਦਾ ਫੋਨ ਨੰਬਰ ਨਾਲ ਸੀ ਮੈਂ ਕਿਹਾ ਜਰਾ ਫੋਨ ਕਰਕੇ ਉਹਨਾਂ ਨੂੰ ਪੁੱਛੋ ਬਈ ਆਹ ਜਿਹੜੀ ਵਾਰਤਾ ਮੈਨੂੰ ਦੱਸੀ ਹੈ ਉਹ ਸਹੀ ਹੈ ਫਿਰ ਤਾਂ ਹੀ ਮੈਂ ਲਾਵਾਂ ਸੰਗਤ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਲੱਗਦੀ ਹੈ ਨਾ ਸਾਸ ਪੁਸ਼ਟੀ ਕਰਕੇ ਪੁਖਤਾ ਕਰਕੇ ਵੀ ਤਾਂ ਹੱਡ ਬੀਤੀ ਲਾਈ ਦੀ ਹੈ ਫੋਨ ਨੰਬਰ ਦਾਸ ਦੇ ਕੋਲ ਹੈ ਜਿਹਨੇ ਪੁੱਛਣਾ ਹੋਵੇ ਉਹਨਾਂ ਨੂੰ ਪੁੱਛ ਸਕਦਾ ਜੀ ਜਿੱਦਾਂ ਉਹਨਾਂ ਨੇ ਦੱਸਿਆ ਮੈਂ ਉਹ ਦੱਸਣ ਲੱਗਾ ਮੈਨੂੰ ਚੰਗੀ ਲੱਗੀ ਗੱਲ ਸਾਧ ਸੰਗਤ ਪ੍ਰੇਰਨਾ ਦੇ ਗੱਲ ਹੈ ਸੁਣ ਕੇ ਮਨ ਤਗੜਾ ਹੁੰਦਾ ਐਸੀ ਕੋਈ ਵਾਰਤਾ ਜਿਹਨੂੰ ਸੁਣ ਕੇ ਮਨ ਭਗਤੀ ਦੇ ਵਿੱਚ ਚਾਓ ਦੇ ਵਿੱਚ ਆਵੇ ਉਹ ਵਾਰਤਾ ਜ਼ਰੂਰ ਲੱਗਣੀ ਚਾਹੀਦੀ ਹੈ ਜ਼ਰੂਰ ਲੱਗਣੀ ਖਬਰੇ ਕਿਹੜੀ ਵਾਰਤਾ ਸੁਣ ਕੇ ਕਿਹੜਾ ਤਗੜਾ ਹੋ ਜਾਏ ਆਖੋ ਸਾਧਨਾ ਕਿਹੜੀ ਵਾਰਤਾ ਕਿਹਨੂੰ ਕਿਹੜਾ ਜੀਵਨ ਦੇ ਦੇਵੇ ਕਿਹੜੀ ਵਾਰਤਾ ਕਿਹਦੇ ਵਿੱਚੋਂ ਕਿਹੜਾ ਔਗੁਣ ਖਤਮ ਕਰ ਦੇਵੇ ਉਹਨਾਂ ਨੇ ਦੱਸਿਆ ਕਹਿੰਦੇ 2014 ਤੋਂ ਤਕਰੀਬਨ ਕਹਿੰਦੇ ਮੈਂ ਜੁੜੀ ਸੀ ਤੁਹਾਡੇ ਨਾਲ ਕਹਿੰਦੇ ਤਕਰੀਬਨ 2014 ਤੋਂ ਕਾਫੀ ਲੰਬੇ ਸਮੇਂ ਤੋਂ ਕੀਰਤਨ ਸੁਣਦੇ ਹੋਣੇ ਕੋਈ ਪੈਨ ਡਰਾਈਵ ਰਹੀ ਆ ਕਿਵੇਂ ਵੀ ਸਤਸੰਗ ਕਹਿੰਦੇ ਲੋਕਡਾਊਨ ਦਾ ਸਮਾਂ ਆਇਆ ਧਿਆਨ ਨਾਲ ਸੁਣਿਓ ਲੋਕਡਾਊਨ ਦਾ ਸਮਾਂ ਸੀ ਮਾਲਕ ਨੇ ਦਇਆ ਕੀਤੀ ਸਾਧ ਸੰਗਤ ਦੋ ਬੱਚੇ ਸਨ ਉਹਨਾਂ ਦੇ ਫਿਰ ਗੁਰੂ ਨਾਨਕ ਨੇ ਖੈਰ ਪਾਈ ਪ੍ਰੈਗਨੈਂਟ ਹੋਏ ਤੀਸਰੇ ਬੱਚੇ ਦੀ ਵਾਰੀ ਆਈ ਉਹਨਾਂ ਦੀ ਪ੍ਰੋਪਰ ਡੇਟ ਵੀ ਦੱਸੀ ਹੈ ਜੀ ਉਹਨਾਂ ਨੇ ਸਾਨੂੰ 26 ਜੂਨ 2021 ਉਸ ਦਿਨ ਸਾਧ ਸੰਗਤ ਉਹਨਾਂ ਨੂੰ ਪੇਨ ਹੋਈ ਸੀ ਅਤੇ ਫਿਰ ਉਹ ਹਸਪਤਾਲ ਗਏ ਅਤੇ ਮਾਲਕ ਦੀ ਦਇਆ ਸਾਧ ਸੰਗਤ ਉਸ ਬੀਬੀ ਅਤੇ ਸੁਰਜੀਤ ਕੌਰ ਜੀ 'ਤੇ ਅੰਮ੍ਰਿਤ ਵੇਲਾ ਨਿੱਤ ਦਾ ਸਾਧਨਾ ਨਿੱਤ ਦੀ ਮਾਲਕ ਦੀ ਕਿਰਪਾ ਦੇ ਨਾਲ 5 ਘੰਟੇ ਸਾਧ ਸੰਗਤ ਅੰਮ੍ਰਿਤ ਵੇਲੇ ਦਾ ਬੀਬੀ ਦਾ ਨੇਮ ਹੈ 5 ਘੰਟੇ ਰੂਟੀਨ ਦੇ ਵਿੱਚ ਸ਼ਾਮ ਨੂੰ ਦੁਪਹਿਰ ਨੂੰ ਉਹ ਵੱਖਰਾ ਉਹ ਗੁਰੂ ਨਾਨਕ ਦੀ ਮਿਹਰ ਵੱਖਰੀ ਮਾਣਦੀ ਹੈ ਸਵੇਰੇ ਸਭ ਤੋਂ ਪਹਿਲੇ ਉਹ ਬੀਬੀ ਦੱਸਦੀ ਕਿ ਬਈ ਸੁਖਮਨੀ ਸਾਹਿਬ ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਆਸਾ ਕੀ ਵਾਰ ਫਿਰ ਸਿਮਰਨ ਸਾਧਨਾ ਪੂਰੀ ਅਟੈਂਡ ਕਰਨੀ ਗੁਰੂ ਨਾਨਕ ਦੀ ਕਿਰਪਾ ਫਿਰ ਮੂਲ ਮੰਤਰ ਦੇ ਜਾਪ ਕਰਨੇ ਵੱਡੀ ਮਾਲਾ ਦੇ ਨਾਲ ਮੂਲ ਮੰਤਰ ਇੱਦਾਂ 5 ਘੰਟੇ ਦਾ ਜਾਪ ਮਾਲਕ ਨੇ ਰੋਜ਼ ਉਹਨਾਂ ਪਾਸੋਂ ਸੇਵਾ ਲੈਣੀ ਕਹਿੰਦੇ ਵੀਰ ਜੀ ਸਮਾਂ ਐਸਾ ਆ ਗਿਆ ਕਿ ਹੁਣ ਅਲਾਰਮ ਮਲੋਣ ਤੋਂ ਪਿੱਛੇ ਰਹਿ ਜਾਂਦੇ ਜਦੋਂ ਪ੍ਰੇਮ ਵਧਦਾ ਨਾ ਸਾਧ ਸੰਗਤ ਫਿਰ ਅਲਾਰਮ ਕਿੱਥੇ ਰਹਿੰਦੇ ਨੇ ਦੁਨਿਆਵੀ ਪ੍ਰੇਮੀ ਨੇ ਪ੍ਰੇਮਿਕਾ ਨੂੰ ਮਿਲਣਾ ਹੁੰਦਾ ਸਮਾਂ ਦਿੱਤਾ ਹੁੰਦਾ ਨਾ ਉਹ ਟਾਈਮ ਹੀ ਨਹੀਂ ਲੰਘਦਾ ਹਾਂ ਕੋ ਸਾਧਨਾ ਫਿਰ ਅਲਾਰਮ ਲਾਉਣ ਦੀ ਲੋੜ ਪੈਂਦੀ ਹੈ ਉੱਥੇ ਅਲਾਰਮ ਲਾਉਣ ਦੀ ਲੋੜ ਪੈਂਦੀ ਹੈ ਨਾ ਉੱਥੇ ਤਾਂ ਘੜੀਆਂ ਹੀ ਨਹੀਂ ਲੰਘਦੀਆਂ ਕਦੋਂ ਸਮਾਂ ਹੋਊ ਕਦੋਂ ਸਮਾਂ ਹੋਊ ਦਰਸ਼ਨ ਹੋਣ ਹੈ ਨਾ ਇੱਦਾਂ ਹੀ ਹੈ ਨਾ ਅਤੇ ਜਦੋਂ ਦਰਗਾਹੀ ਪ੍ਰੇਮ ਪੈ ਗਿਆ ਨਾ ਅੰਮ੍ਰਿਤ ਵੇਲੇ ਦੇ ਨਾਲ ਸਾਧਨਾ ਦੇ ਨਾਲ ਉਦੋਂ ਵੀ ਕਿੱਥੇ ਸਾਧ ਸੰਗਤ
ਕਿੱਥੇ ਬੰਦਾ ਫਿਰ ਚੈਨ ਦੇ ਨਾਲ ਸੋਏਗਾ, ਉੱਥੇ ਕਿੱਥੇ ਘੜੀਆਂ ਲੰਘਣਗੀਆਂ, ਕਿੱਥੇ ਅਲਾਰਮ, ਫਿਰ ਆਪੇ ਹੀ ਅਲਾਰਮ ਤੋਂ ਪਹਿਲਾਂ ਹੀ ਜਾਗ ਜਾਓਗੇ, ਮੇਰੇ ਮਿਲਾਪ ਦਾ ਵੇਲਾ ਹੋਇਆ ਪਿਆ ਕੋ ਸਤਨਾਮ ਹੈ। ਮੇਰੇ ਪ੍ਰੇਅ ਦੇ ਨਾਲ ਇਕੱਠੇ ਬੈਠਣ ਦਾ ਸਮਾਂ ਹੋਇਆ ਪਿਆ, ਉਹ ਪ੍ਰੇਅ ਦੇ ਨਾਲ ਗੱਲਾਂ ਕਰਨ ਦਾ ਸਮਾਂ ਹੋਇਆ ਪਿਆ, ਉਹਦੀ ਗੋਦੀ 'ਚ ਬੈਠਣ ਦਾ ਸਮਾਂ ਹੋਇਆ ਪਿਆ, ਸੰਗ ਬਹਿ ਕੇ ਬਾਣੀ ਪੜ੍ਹਨ ਦਾ ਸਮਾਂ ਹੋਇਆ ਪਿਆ ਕੋ ਸਤਨਾਮ। ਕਿੱਥੇ ਚੈਨ ਰਹੇਗਾ ਮਨ ਨੂੰ? ਜੇ ਖਿੱਚ ਹੋਏਗੀ, ਜੇ ਪਿਆਰ ਹੋਏਗਾ ਤਾਂ। ਇਹ ਬੀਬੀ ਨੇ ਦੱਸਿਆ, ਭੈਣ ਨੇ, ਕਹਿੰਦੇ ਬਿਨਾਂ ਅਲਾਰਮ ਦੇ, ਕਹਿੰਦੇ ਤੁਹਾਡੇ 'ਚ ਬੜੀ ਐਸੀਆਂ ਰੂਹਾਂ ਹੋਣਗੀਆਂ ਪਿਆਰ ਵਾਲੀਆਂ, ਜਿਹਨਾਂ ਸਾਧ ਸੰਗਤ ਬੜੀ ਹੁਣ ਵੱਡੀ ਖਿੱਚ ਪੈ ਚੁੱਕੀ ਹੈ, ਸਿਮਰਨ ਸਾਧਨਾ ਪਰਿਵਾਰ ਦੇ ਬੜੀਆਂ ਰੂਹਾਂ ਹੋਣ, ਮੈਂ ਇਹ ਨਹੀਂ ਕਹਾਂਗਾ ਕਿ ਕਾਫੀ ਬੜੀਆਂ ਰੂਹਾਂ ਸਾਧ ਸੰਗਤ ਐਸੀਆਂ ਜਿਹੜੇ ਅੰਮ੍ਰਿਤ ਵੇਲੇ 1:30, 2:00, 2:30 ਮਤਲਬ ਕਾਇਮ ਹੋ ਕੇ ਆਪਣਾ ਸਤਿਗੁਰੂ ਜੀ ਦੇ ਨਾਲ ਪ੍ਰੀਤ ਗੰਢ ਕੇ ਬੈਠੇ ਹੋਏ ਨੇ। ਉਹ ਬੀਬੀ ਨੇ ਦੱਸਿਆ, ਕਹਿੰਦੇ ਕਿਉਂਕਿ ਮਾਰਚ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਆਪਾਂ 2020 ਮਾਰਚ ਸਾਧਨਾ ਸ਼ੁਰੂ ਹੋਈ ਸੀ, ਉਦੋਂ ਤੋਂ ਕਹਿੰਦੇ ਮੈਂ ਜੁੜੀ ਹੋਈ ਸੀ ਸਾਧਨਾ ਦੇ ਨਾਲ, ਅਤੇ ਹੁਣ ਇਹ ਵੇਲਾ ਆ ਗਿਆ ਜੀ 2021 ਦਾ 26 ਜੂਨ, ਅਤੇ ਗੁਰੂ ਸਾਹਿਬ ਦੀ ਕਿਰਪਾ ਸਾਧ ਸੰਗਤ ਪੇਨ ਸ਼ੁਰੂ ਹੋਈ। ਉਦੋਂ ਕਹਿੰਦੇ ਉੱਥੇ ਕੈਨੇਡਾ 'ਚ ਲੋਕਡਾਊਨ ਲੱਗਾ ਹੋਇਆ ਸੀ, ਕਹਿੰਦੇ ਮੈਨੂੰ ਇਕੱਲੇ ਨੂੰ ਇਜਾਜ਼ਤ ਮਿਲੀ ਹੋਸਪਿਟਲ ਜਾਣ ਦੀ, ਆਦਮੀ ਘਰ ਹੀ ਹੈ, ਕਹਿੰਦੇ ਮੈਂ ਹੋਸਪਿਟਲ ਪਹੁੰਚੀ। ਦੂਸਰਾ ਇਹ ਵੀ ਕਾਰਨ ਸੀ ਕਿ ਬੱਚੇ ਕਿੱਥੇ ਛੱਡ ਕੇ ਜਾਂਦੇ, ਆਦਮੀ ਘਰ ਰਹੇਗਾ ਬੱਚਿਆਂ ਦੇ ਕੋਲ, ਅਤੇ ਕਹਿੰਦੇ ਮੈਂ ਇਕੱਲੀ ਚਲੀ ਗਈ ਜੀ। ਹੁਣ ਦੇਖੋ ਡਿਲੀਵਰੀ ਹੋਣੀ ਹੈ ਅਤੇ ਇਕੱਲੀ, ਸਮਾਂ ਕੈਸਾ ਕੈਸਾ ਆਇਆ ਸਾਧ ਸੰਗਤ, ਇਸ ਸਮੇਂ ਨੇ ਕੋਵਿਡ ਨੇ ਮਤਲਬ ਜ਼ਿੰਦਗੀ ਦੀ ਹਕੀਕਤ ਬਿਆਨ ਕਰਤੀ ਆਖੋ ਸਤਨਾਮ। ਜ਼ਿੰਦਗੀ ਦੀ ਕੋਵਿਡ ਨੇ ਮਤਲਬ ਉਹ ਦ੍ਰਿਸ਼ ਦਿਖਾਏ ਨੇ ਜਿਹੜੇ ਸਾਧ ਸੰਗਤ ਸੁਪਨੇ 'ਚ ਵੀ ਬੰਦਾ ਨਹੀਂ ਸੋਚ ਸਕਦਾ, ਇੱਦਾਂ ਵੀ ਹੋ ਸਕਦਾ, ਇੱਦਾਂ ਵੀ ਹੋ ਸਕਦਾ, ਐਸੇ ਜਲਵੇ ਦਿਖਾਏ ਕੋਵਿਡ ਨੇ। ਮਤਲਬ ਉਹ ਕੋਵਿਡ ਨਹੀਂ, ਮਹਾਰਾਜ ਆਪਣੀ ਹੋਂਦ ਦਿਖਾ ਰਹੇ ਸਨ ਕਿ ਅੱਜ ਵੀ ਮੈਂ ਹਾਂ ਆਖੋ ਸਤਨਾਮ ਸਾਹਿਬ। ਕਹਿੰਦੇ ਅੱਜ ਵੀ ਮੈਂ ਹਾਂ, ਦਿਖਾਤਾ ਕਿ ਮੈਂ ਹਾਂ, ਪੂਰੀ ਦੁਨੀਆ ਨੂੰ ਸਾਧ ਸੰਗਤ 3 ਮਹੀਨੇ ਲਈ ਅੰਦਰ ਡੱਕ ਕੇ ਰੱਖਤਾ, ਪੂਰੀ ਦੁਨੀਆ ਨੂੰ, ਪੂਰੀ ਦੁਨੀਆ ਨੂੰ ਡੱਕ ਕੇ ਰੱਖਦਾ ਅੰਦਰ। ਮਤਲਬ ਇਹ ਇੱਕ ਦੇਸ਼ ਦੋ ਦੇਸ਼ ਦੀ ਗੱਲ ਨਹੀਂ ਕਰ ਰਿਹਾ ਮੈਂ, ਦੁਨੀਆ ਨੂੰ ਕੌਣ ਡੱਕ ਸਕਦਾ ਜੀ? ਕੋਈ ਡੱਕ ਸਕਦਾ? ਉਹ ਅਜ਼ੀਮ ਸ਼ਖਸੀਅਤ, ਉਹ ਆਪਣੀ ਕਰਨੀ 'ਤੇ ਆ ਜਾਵੇ ਤਾਂ ਕੁਝ ਵੀ ਕਰ ਸਕਦੇ ਨੇ ਆਖੋ ਸਾਧਨਾ। ਅਜ਼ੀਮ ਸ਼ਖਸੀਅਤ ਲੋਕਡਾਊਨ ਕਰਕੇ ਫੈਮਿਲੀ ਅਲਾਓ ਨਹੀਂ ਸੀ ਅਤੇ ਇਕੱਲਾ ਜਾਣਾ ਪਿਆ ਜੀ। 5-6 ਵਜੇ ਕਹਿੰਦੇ ਮੈਂ ਨਿਕਲ ਗਈ ਹੋਸਪਿਟਲ ਦੇ ਵਿੱਚ, ਰਸ਼ ਹੋਏਗਾ ਕਿਵੇਂ ਵੀ, ਉਹਨੇ ਰਿਕੁਐਸਟ ਕੀਤੀ ਅਤੇ 11 ਵੱਜ ਗਏ ਸਾਧ ਸੰਗਤ, 11 ਵਜੇ ਹਾਲੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ। ਜਿੱਥੇ ਕੋਈ ਅਸਾਰ ਨਜ਼ਰ ਨਾ ਆਵੇ ਨਾ ਕਿਸੇ ਵੀ ਚੀਜ਼ ਦੇ ਲਈ, ਕਿਸੇ ਵੀ ਪੱਲਾ ਨਾਮ ਦਾ ਪਕੜ ਲਓ, ਰਸਤੇ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਜੀ। ਲਿਖ ਲਓ, ਜਦੋਂ ਤੁਹਾਡੇ ਅੱਗੇ ਅੰਧਕਾਰ ਧੁੰਦਕਾਰ ਕੁਝ ਨਾ ਨਜ਼ਰ ਆਵੇ ਨਾ, ਉਦੋਂ ਪੱਲਾ ਬੰਦਗੀ ਦਾ ਪਕੜ ਲਓ, ਸਿਮਰਨ ਦਾ ਪਕੜ ਲਓ, ਜਪਜੀ ਸਾਹਿਬ ਦਾ ਪਕੜ ਲਓ, ਪੱਲਾ ਸੁਖਮਨੀ ਸਾਹਿਬ ਦਾ ਪਕੜ ਲਓ,
ਰਸਤੇ ਖੁੱਲਣੇ ਸ਼ੁਰੂ ਹੋ ਜਾਣਗੇ, ਰਸਤਾ ਦਿਖਣਾ ਸ਼ੁਰੂ ਹੋ ਜਾਏਗਾ। ਸੱਜ ਸੱਜ ਸਤਿਆਕਾਲ। ਬਹੁਤੇ ਇਹਨਾਂ ਨੇ ਮਿੱਤਰ ਮੁੱਤਰ ਬਣਾਏ ਨਹੀਂ, ਕੋਈ ਸਹੇਲੀਆਂ ਬਣਾਈਆਂ ਨਹੀਂ। ਮਤਲਬ ਇਹਨਾਂ ਨੇ ਦੱਸਿਆ ਮਨਜੋਤ ਸਿੰਘ ਜੀ ਨੂੰ, ਉਹ ਸਾਰੀ ਰਿਕਾਰਡਿੰਗ ਪਈ ਹੋਈ। ਕਹਿੰਦੇ ਜੀ ਸ਼ੁਰੂ ਤੋਂ ਮੇਰਾ ਮਨ ਹੀ ਨਹੀਂ ਬਈ ਬਹੁਤਾ ਮੈਂ ਖਲਿਆਰਾ ਪਾਵਾਂ, ਯਾਰੀ ਇੱਕ ਦੇ ਨਾਲ ਹੀ ਲਈ ਬਾਜਾਂ ਵਾਲੇ ਦੇ ਨਾਲ, ਆਖੋ ਸਤਨਾਮ ਬਈ ਉਹਨਾਂ ਦੇ ਨਾਲ ਹੀ ਸੁੱਖ ਦੁੱਖ ਆਪਣੀ ਮਸਲਤ ਉਹਨਾਂ ਦੇ ਨਾਲ ਹੀ, ਹਰਨਾਵੇਂ ਨਾਲ ਮਸਲਤ, ਹਰਨਾਮ ਹਮਾਰੀ ਕਰਦਾ ਨਿਤ ਸਾਰਾ। ਕਹਿੰਦੇ ਬਹੁਤੇ ਸਹੇਲੀਆਂ ਬਣਾ ਲਓ, ਫਰੈਂਡਸ ਬਣਾ ਲਓ, ਫਿਰ ਫੋਨਾਂ 'ਤੇ ਹੀ ਟਾਈਮ ਵੇਸਟ ਹੁੰਦਾ ਹੈ, ਹੋਰ ਬੜਾ ਕਹਿੰਦੇ ਬਹੁਤ ਟਾਈਮ ਵੇਸਟ ਹੁੰਦਾ। ਕਹਿੰਦੇ ਯਾਰੀ ਫਿਰ ਇੱਕ ਦੇ ਨਾਲ ਹੀ ਪਾਈ ਹੈ, ਉਹਦੇ ਨਾਲ ਹੀ ਫਿਰ ਟਾਈਮ ਜਿਹੜਾ ਲਾਈਦਾ ਉਹ ਟਾਈਮ ਵੇਸਟ ਨਹੀਂ ਹੁੰਦਾ, ਉਹ ਟਾਈਮ ਲੇਖੇ ਲੱਗ ਜਾਂਦਾ। ਆਖੋ ਸਤਨਾਮ, ਉਹ ਟਾਈਮ ਲੇਖੇ ਲੱਗ ਜਾਂਦਾ। ਉਹਨਾਂ ਦੀ ਇਹ ਸੋਚ ਔਰ ਵਧੀਆ ਸੋਚ, ਜਦੋਂ ਦੇਖਿਆ ਬਈ ਕੰਮ ਨਹੀਂ ਸਿਰੇ ਚੜ੍ਹਦਾ ਪਿਆ, 5-6 ਵਜੇ ਤੋਂ ਲੈ ਕੇ 11 ਵੱਜ ਗਏ ਨੇ, ਤੇ ਕਹਿੰਦੇ ਮੈਂ ਬਾਜਾਂ ਵਾਲੇ ਮਾਹੀ ਦਾ ਆਸਰਾ ਤੱਕਿਆ, ਬਾਣੀ ਦਾ ਆਸਰਾ ਤੱਕਿਆ। 15 ਮਿੰਟ ਦੇ ਵਿੱਚ ਹੀ ਡਾਕਟਰਸ ਆ ਗਏ, ਹਾਂਜੀ ਆ ਜਾਓ ਜੀ ਹੁਣ ਤੁਹਾਡੀ ਵਾਰੀ ਹੈ। ਆਖੋ ਸਤਨਾਮ, ਕਿਤੇ ਭਜਾਈ ਫਿਰਦੇ ਸੀਗੇ ਤੇ ਕਿਤੇ ਹੁਣ 15 ਮਿੰਟ ਬਾਅਦ ਹੀ ਆਦੇਸ਼ ਹੋ ਗਿਆ ਨਾ ਬਾਜਾਂ ਵਾਲੇ ਵੱਲੋਂ, ਆਓ ਜੀ ਹੁਣ ਤੁਹਾਡੀ ਵਾਰੀ। ਕਹਿੰਦੇ ਕਿਰਪਾ ਹੋਈ, ਬੱਚਾ ਹੋਇਆ। ਹੁਣ ਸਤ ਸੰਗਤ ਜੀ ਸਾਰਾ ਦਿਨ ਇਹਨਾਂ ਨੂੰ ਕੋਵਿਡ ਕਰਕੇ, ਮਤਲਬ ਫੈਸਿਲਿਟੀਜ਼ ਵੀ ਉੱਦਾਂ ਦੀ, ਸਾਰ ਹਰ ਪਾਸੇ ਹੀ ਹਾਹਾਕਾਰ ਸੀ ਕੋਵਿਡ ਕਰਕੇ, ਤੇ ਬੜੀ ਘੱਟ ਫੈਸਿਲਿਟੀਜ਼ ਤੁਰ ਰਹੀਆਂ ਸਨ, ਹੋਰ ਬੜਾ ਔਖਾ ਮਾਹੌਲ ਬਣਿਆ ਹੋਇਆ ਸੀ। ਕਹਿੰਦੇ ਸਾਰਾ ਦਿਨ ਬੱਚੇ ਨੂੰ ਮੈਨੂੰ ਹੀ ਸੰਭਾਲਣਾ ਪਿਆ, ਜੋ ਸਿਸਟਮ ਹੋਣਗੇ ਉੱਥੇ ਦੇ ਜੀ, ਜੋ ਉਹਨਾਂ ਨੇ ਕਿਹਾ ਸਾਰਾ ਦਿਨ। ਕਹਿੰਦੇ ਮੈਂ ਸੰਭਾਲ ਕੇ, ਇੱਕ ਮਤਲਬ ਡਿਲੀਵਰੀ ਵੀ ਹੋਈ ਹੈ, ਉਹ ਵੀ ਦੇਖੋ ਆਪਣੇ ਆਪ ਦੀ ਬਹੁਤ ਬਹੁਤ ਵੱਡੀ ਬਾਤ, ਸੱਸ ਬੜੀ ਪੀੜਾ ਦੇ ਵਿੱਚੋਂ ਬੀਬੀ ਲੰਘਦੀ ਹੈ, ਬਹੁਤ ਪੀੜਾ ਦੇ ਵਿੱਚ, ਵੈਸੇ ਹੀ ਸਰੀਰ ਹਿਲਿਆ ਹੁੰਦਾ, ਨੱਚੜਿਆ ਹੁੰਦਾ, ਉੱਪਰੋਂ ਫਿਰ ਬੱਚੇ ਨੂੰ ਵੀ ਦੇਖਭਾਲ ਉਹਨਾਂ ਨੇ ਸੌਂਪਤਾ, ਤੁਸੀਂ ਆਪ ਜੀ ਕੇਅਰ ਟੇਕਰ ਹੋਣਗੇ ਉੱਪਰ ਕਿਵੇਂ ਵੀ। ਸਾਰਾ ਦਿਨ ਕਹਿੰਦੇ ਇੱਦਾਂ ਲੰਘ ਗਿਆ, ਰਾਤ ਹੋਈ, ਕਹਿੰਦੇ ਬਿਲਕੁਲ ਸਰੀਰ ਟੁੱਟਿਆ ਪਿਆ, ਥੱਕਿਆ ਪਿਆ, ਦਰਦ ਵਿੱਚ ਹੈ, ਅਤੇ ਮੇਰੇ ਅੰਦਰ ਕੀ ਚੱਲਦਾ ਪਿਆ। ਉਹ ਸੁਰਜੀਤ ਕੌਰ ਜੀ ਭੈਣ ਜੀ ਕਹਿ ਰਹੇ ਨੇ, ਕਹਿੰਦੇ ਮੇਰੇ ਅੰਦਰ ਕੀ ਚੱਲਦਾ ਪਿਆ ਕਿ ਵਾਹਿਗੁਰੂ ਵੀ 5-6 ਦਿਨ ਨਾ ਹੁਣ ਅੰਮ੍ਰਿਤ ਵੇਲੇ ਮੇਰੇ ਕੋਲ ਜਾਗਿਆ ਨਹੀਂ ਜਾ, ਧਿਆਨ ਨਾਲ ਸੁਣ, ਸਰੀਰ ਦੇ ਹਾਲਾਤ ਕਰਕੇ, ਦਰਦ ਕਰਕੇ, ਥਕਾਨ ਕਰਕੇ, ਅਤੇ ਦਿਮਾਗ ਕੀ ਕਹਿ ਰਿਹਾ, ਦਿਮਾਗ ਵਿੱਚ ਕੀ ਫੀਲਿੰਗ ਚੱਲਦੀ ਪਈ ਹੈ ਕਿ 5-6 ਦਿਨ ਹੁਣ ਅੰਮ੍ਰਿਤ ਵੇਲਾ ਨਹੀਂ ਹੋਣਾ। ਘਰ ਜਾ ਕੇ ਇਸ਼ਨਾਨ ਕਰਕੇ ਫਿਰ ਜਦੋਂ ਅੰਮ੍ਰਿਤ ਵੇਲਾ ਸ਼ੁਰੂ ਕਰਾਂਗੇ। ਹੁਣ ਸਤ ਸੰਗਤ ਜੀ ਜਦੋਂ ਰਾਤ ਹੋਈ, ਕਹਿੰਦੇ 12:30 ਦਸਮ ਅਤੇ ਮਹਾਰਾਜ ਨੇ ਮੈਨੂੰ ਜਗਾਤਾ। ਆਖੋ ਸਤਨਾਮ, ਅੱਖਾਂ ਖੁੱਲ ਗਈਆਂ, ਸਰੀਰ ਥੱਕਿਆ ਪਿਆ, ਜਿੱਦਾਂ ਦੀ ਕਮਾਂਡ ਦਿਓਗੇ ਨਾ ਇਸ ਦਿਮਾਗ ਨੂੰ, ਬਾਡੀ ਉੱਦਾਂ ਦੀ ਐਕਟੀਵੇਟ ਹੋ ਜਾਏਗੀ। ਢਿੱਲੀ ਕਮਾਂਡ ਦਿਓਗੇ ਬਾਡੀ ਢਿੱਲੀ ਢਿੱਲੀ ਹੋ ਜਾਏਗੀ, ਕਮਾਂਡ ਤਗੜੀ ਦਿਓਗੇ ਕਾਇਮ ਹੋ ਕਾਇਮ ਹੋ ਜਾਏ। 6-7 ਘੰਟੇ ਦੀ ਨੀਂਦ ਲੈ ਕੇ ਬੰਦਾ ਕਹਿੰਦਾ ਮੈਂ ਫਰੈਸ਼ ਹਾਂ, ਬਾਡੀ ਉੱਦਾਂ ਦੀ ਹੋ ਜਾਏਗੀ। 2 ਘੰਟੇ ਦੀ ਨੀਂਦ ਲੈ ਕੇ ਇੱਥੇ ਫੀਡ ਕਰ ਲਓਗੇ, ਨਹੀਂ ਮੈਂ ਫਰੈਸ਼ ਹਾਂ, ਬਾਡੀ ਫਿਰ ਉੱਦਾਂ ਦੀ ਹੋ ਜਾਏਗੀ। ਆਖੋ ਸਤਨਾਮ, ਜੇ 7 ਘੰਟੇ ਸੋ ਕੇ ਬੰਦਾ ਕਹੇਗਾ ਨਹੀਂ ਨਹੀਂ ਹਾਲੇ ਥਕਾਨ ਨਹੀਂ ਉਤਰੀ, ਬਾਡੀ ਫਿਰ ਉੱਦਾਂ ਦੀ ਹੋ ਜਾਏਗੀ, ਲੇਜ਼ੀ ਹੋ ਜਾਏਗੀ। ਕਮਾਂਡ ਇੱਥੇ ਜੋ ਦਿਮਾਗ 'ਚ ਦਿਓਗੇ ਨਾ, ਬ੍ਰੇਨ ਕੰਪਿਊਟਰ ਹੈ,
ਇੱਥੋਂ ਜੋ ਸਾਧ ਸੰਗਤ ਕਮਾਂਡ ਬ੍ਰੇਨ ਨੂੰ ਦਿੱਤੀ ਜਾਂਦੀ ਹੈ ਇਹਨੇ ਅੱਗੇ ਉੱਦਾਂ ਦੇ ਫਲੂਡ ਭੇਜਣੇ ਹੁੰਦੇ ਨੇ, ਉੱਦਾਂ ਦੀ ਸਾਧ ਸੰਗਤ ਇਹਨੇ ਉਹ ਜੋ ਵੀ ਇਸ ਦਿਮਾਗ ਤੋਂ ਫਲੂਡ ਨਿਕਲਦਾ ਹੈ ਨਾ ਬਾਡੀ ਉੱਦਾਂ ਦੀ ਐਕਟੀਵੇਟ ਹੋ ਜਾਂਦੀ ਹੈ। ਲੇਜ਼ੀ ਹੋਣਾ ਹੋਵੇ ਲੇਜ਼ੀ ਹੋ ਜਾਂਦੀ ਹੈ, ਐਕਟੀਵੇਟ ਹੋਣਾ ਹੋਵੇ ਕਾਇਮ ਹੋਣਾ ਹੋਵੇ ਕਾਇਮ ਹੋ ਜਾਂਦੀ ਹੈ। ਇਸ ਲਈ ਆਪਣੇ ਆਪ ਨੂੰ ਸਦਾ ਚੜ੍ਹਦੀ ਕਲਾ 'ਚ ਰੱਖਿਆ ਕਰੋ, ਸਦਾ ਕਾਇਮ ਰੱਖਿਆ ਕਰੋ। ਆਹ ਦਿਮਾਗ ਨੂੰ ਇੰਸਟਰਕਸ਼ਨਸ ਜਿਹੜੀ ਦੇਣੀ ਨਾ ਐਂ ਕਾਇਮ ਦਿਆ ਕਰੋ। ਸਰੀਰ ਢਿੱਲਾ ਵੀ ਹੈ ਨਾ ਤਗੜਿਆਂ ਇੱਧਰੇ ਨਹੀਂ ਛੱਡਣਾ, ਸਰੀਰ ਢਿੱਲਾ ਨਾ ਕਾਇਮ ਆ ਅੰਮ੍ਰਿਤ ਵੇਲਾ ਨਹੀਂ ਛੱਡਣਾ। ਆਪਣੇ ਆਪ ਨੂੰ ਕਾਇਮ ਰੱਖਿਆ ਕਰੋ, ਹਰ ਵੇਲੇ ਐਂ ਸੁਚੇਤ ਰੱਖਿਆ ਕਰੋ। ਜਿਵੇਂ ਮਹਾਰਾਜ ਨੇ ਹੁਣੇ ਕੀ ਬੋਲਿਆ, ਨਿੱਤ ਜਾਗੀ। ਨਿੱਤ ਜਾਗੀ ਦਾ ਮਤਲਬ ਕੀ ਹੈ ਜੀ? ਨਿੱਤ ਜਾਗੀ ਕਾਇਮ ਰਹਿਣਾ, ਹਰ ਵੇਲੇ ਹਰ ਵੇਲੇ ਕਾਇਮ ਰਹਿਣਾ। ਹੁਣ 12:30 ਸਤਸੰਗ ਅੰਮ੍ਰਿਤ ਵੇਲੇ ਇਹ ਬੀਬੀ ਜਾਗ ਗਈ ਜੀ 12:30। ਮਨ ਸ਼ਸ਼ੋਪਨ 'ਚ ਹੈ, ਸਰੀਰ 'ਚ ਦਰਦ ਵੀ ਹੋਏਗਾ, ਥਕਾਨ ਵੀ ਹੈਗੀ ਹੈ ਬੱਚੇ ਨੂੰ ਸਾਂਭਦੀ ਦੀ, ਪਰ ਜੋ ਕਿ ਨਿੱਤ ਦਾ ਅੰਮ੍ਰਿਤ ਵੇਲਾ। ਹੁਣ ਇੱਥੇ ਸਾਧ ਸੰਗਤ ਜੀ ਦਿਮਾਗ ਵਿੱਚ ਦੋ ਚੀਜ਼ਾਂ ਚੱਲਦੀਆਂ ਨੇ, ਸੁੱਜ ਔਰ ਇਸ ਵੇਲੇ ਐਕਸਕਿਊਜ਼ ਵੀ ਜਿਹੜਾ ਹੈ ਨਾ, ਜਿਹੜਾ ਐਕਸਕਿਊਜ਼ ਹੈ, ਜਿਹੜਾ ਬਹਾਨਾ ਹੈ, ਉਹ ਬੜਾ ਸੋਲਿਡ ਹੁੰਦਾ, ਬੜਾ ਸੋਲਿਡ ਹੈ। ਉੱਥੇ ਆ ਕੇ ਮਨ ਟਿਕ ਵੀ ਜਾਂਦਾ ਹੈ ਨਾ, ਪਰ ਇਹਨੇ ਉਹ ਕੋਈ ਸਾਧ ਸੰਗਤ ਨਹੀਂ ਸੁਣੇ, ਇਹਨੇ ਕਿਹਾ ਨਹੀਂ। ਦੂਸਰੀ ਆਵਾਜ਼ ਸੁਣੀ, ਮਨ ਕਹਿੰਦਾ ਸੋ ਜਾ, ਬਹੁਤ ਥੱਕੀ ਹੈ, ਸੋ ਜਾ। ਐਡਾ ਵੱਡਾ ਮਹਾਰਾਜ ਨੇ ਕਿਰਪਾ ਕੀਤੀ ਹੈ, ਡਿਲੀਵਰੀ ਤੋਂ ਬਾਅਦ ਸਾਧ ਸੰਗਤ ਵੈਸੇ ਹੀ ਬੇਸੁਰਦੀ ਹੁੰਦੀ ਹੈ। ਹੁਣ ਇਹਨੇ ਦੂਜੇ ਪਾਸੇ ਵੱਲ ਧਿਆਨ ਦਿੱਤਾ, ਮਨ ਕਹਿੰਦਾ ਸੋ ਜਾ, ਆਤਮਾ ਕਹਿੰਦੀ ਤੇਰੀ ਇਬਾਦਤ ਦਾ ਵੇਲਾ, ਆਖੋ ਸਤਨਾਮ, ਉੱਠ ਜਾ। ਉਹਦੀ ਆਵਾਜ਼ ਹੌਲੀ ਹੌਲੀ ਹੁੰਦੀ ਹੈ, ਹਲਕੀ ਹਲਕੀ ਹੁੰਦੀ ਹੈ। ਇਹਨੇ ਕਿਹਾ ਨਹੀਂ, ਇਬਾਦਤ ਦਾ ਵੇਲਾ। ਸਾਧ ਸੰਗਤ ਉੱਠੀ, ਬੈੱਡ 'ਤੇ ਹੀ ਬੈਠੀ। ਇੱਥੇ ਕੋਈ ਫਰਕ ਨਹੀਂ ਪੈਂਦਾ ਸਾਧ ਸੰਗਤ ਕਿ ਇਸ਼ਨਾਨ ਹੈ ਕਿ ਨਹੀਂ, ਪਰ ਇੱਕ ਚੀਜ਼ ਮੈਂ ਬੇਨਤੀ ਕਰਦੇ ਹਾਂ, ਜੇ ਸਰੀਰ ਸਵਸਥ ਹੈ ਠੀਕ ਹੈ, ਇਸ਼ਨਾਨ ਕਰਕੇ ਬੰਦਗੀ ਕਰਿਆ ਕਰੋ, ਆਖੋ ਸਤਨਾਮ। ਕੋਈ ਅਰਚਣ ਆ ਗਈ ਫਿਰ ਇਹ ਨਹੀਂ ਕਿ ਮੈਂ ਇਸ਼ਨਾਨ ਨਹੀਂ ਕੀਤਾ ਤਾਂ ਨਿਤਰੇਮ ਹੀ ਛੱਡਦੇ, ਇਸ਼ਨਾਨ ਨਹੀਂ ਕੀਤਾ ਤਾਂ ਸੁਖਮਨੀ ਛੱਡਦੇ, ਇਸ਼ਨਾਨ ਨਹੀਂ ਕੀਤਾ ਤਾਂ ਬੰਦਗੀ ਨਹੀਂ। ਨਹੀਂ ਜੀ, ਮੈਂ ਤਾਂ ਪਾਠ ਕਿਉਂ ਨਹੀਂ ਕੀਤਾ, ਇਸ਼ਨਾਨ ਨਹੀਂ ਹੋਇਆ ਨਾ, ਇਹ ਤਾਂ ਬਹਾਨਾ। ਇਹ ਤਾਂ ਸਾਧ ਸੰਗਤ ਨਹੀਂ, ਮਾੜੀ ਗੱਲ। ਜਿੱਥੇ ਮਜਬੂਰੀ ਪੈ ਗਈ, ਹੁਣ ਟ੍ਰੇਨ 'ਚ ਬੈਠੇ ਹਾਂ, ਰਾਤ ਹੋਈ, ਅੰਮ੍ਰਿਤ ਵੇਲਾ ਹੋਣਾ, ਹੁਣ ਉੱਥੇ ਕਿਤੇ ਇਸ਼ਨਾਨ ਕਰੋਗੇ ਤੁਸੀਂ? ਆਖੋ ਸਤਨਾਮ। ਅਤੇ ਕਈ ਬੰਦੇ ਬੋਲਣ, ਜੀ ਮੈਂ ਹੁਣ ਇਸ਼ਨਾਨ ਨਹੀਂ ਕੀਤਾ ਤਾਂ ਮੈਂ ਅੰਮ੍ਰਿਤ ਵੇਲਾ ਮੈਂ ਨਿਤਨੇਮ ਨਹੀਂ ਕਰਨਾ। ਬਈ ਨਾ, ਟ੍ਰੇਨ 'ਚ ਹੁਣ ਬੈਠੇ ਹੋ, ਫਲਾਈਟ 'ਚ ਬੈਠੇ ਹੋ, ਬਾਹਰ ਜਾ ਰਹੇ ਹੋ, 12 ਘੰਟੇ ਦੀ ਫਲਾਈਟ ਹੈ ਤੁਹਾਡੀ, ਰਾਤ ਪਈ, ਹੁਣ ਅੰਮ੍ਰਿਤ ਵੇਲਾ ਹੋਣਾ, ਅੰਮ੍ਰਿਤ ਵੇਲੇ ਆਪਣੀ ਸੀਟ 'ਚ ਹੀ ਬੈਠੋ, ਸੁਚੇਤ ਹੋਵੋ, ਸਤਨਾਮ ਸ਼੍ਰੀ ਵਾਹਿਗੁਰੂ ਕਰਕੇ ਲਾਓ ਚੌਂਕੜਾ ਉੱਥੇ, ਅਤੇ ਸਾਧ ਸੰਗਤ ਦੀ ਇਬਾਦਤ ਸ਼ੁਰੂ ਕਰੋ। ਭਾਵੇਂ ਫਲਾਈਟ 'ਚ ਬੈਠੇ ਹੋ, ਟ੍ਰੇਨ 'ਚ ਬੈਠੇ ਹੋ, ਕਿਤੇ ਬੈਠੇ ਹੋ, ਅੰਮ੍ਰਿਤ ਵੇਲਾ ਗੁਰੂ ਦਾ ਹੈ, ਗੁਰੂ ਨੂੰ ਦਿਓ, ਆਖੋ ਸਤਨਾਮ, ਦਿਓ ਗੁਰੂ। ਗੁਰੂ ਦਾ ਵੇਲਾ ਗੁਰੂ ਨੂੰ ਦਿਓ, ਜਿੱਥੇ ਮਰਜ਼ੀ ਬੈਠੋ, ਭਾਵੇਂ ਹਸਪਤਾਲ 'ਚ ਬੈਠੇ ਹੋ, ਆਖੋ ਸਤਨਾਮ। ਆਹ ਬੀਬੀ ਹਸਪਤਾਲ 'ਚ ਬੈਠੀ, ਹਸਪਤਾਲ 'ਚ ਬੈਠੀ ਹੈ, ਔਰ ਉਸ ਕੰਡੀਸ਼ਨ 'ਚ ਬੈਠੀ ਹੈ ਜਿੱਥੇ ਵਾਕਈ ਸਾਧ ਸੰਗਤ ਜੀ ਔਖਾ ਸੀ, ਔਖਾ ਉਸ ਕੰਡੀਸ਼ਨ 'ਚ ਹੈ। ਪਹਿਲਾ ਦਿਨ, ਪਹਿਲਾ ਅੰਮ੍ਰਿਤ ਵੇਲਾ ਹੈ ਜੀ, ਪਹਿਲਾ ਅੰਮ੍ਰਿਤ ਵੇਲਾ। ਉੱਠ ਕੇ ਬਹਿ ਗਈ,
ਹੁਣ ਅਗਰ ਨਹੀਂ ਵੀ ਕਰਦੀ ਸਤ ਸੰਗਤ ਜੀ, ਉਹਦੇ ਮਨ ਨੇ ਕੀ ਕਹਿਣਾ ਸੀ ਕਿ ਚਲੋ ਕੋਈ ਨਹੀਂ ਇੱਕ ਦੋ ਦਿਨ ਇੱਦਾਂ, ਹੈ ਨਾ। ਪਰ ਉਹਨੇ ਨਹੀਂ ਮਨ ਦੀ ਸੁਣੀ ਜੀ, ਉੱਠ ਕੇ ਬਹਿ ਗਈ। ਕਹਿੰਦੇ ਉਸ ਦਿਨ ਮੇਰੇ ਕੋਲੋਂ ਥੋੜ੍ਹਾ ਹੀ ਨੇਮ ਹੋਇਆ। ਕੀ ਕੀਤਾ ਉਹਨੇ ਦੱਸਿਆ, ਕਹਿੰਦੇ ਜੀ ਸੁਖਮਨੀ ਸਾਹਿਬ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ। ਕਹਿੰਦੇ ਬਸ ਮੈਂ ਇੰਨਾ ਹੀ ਕੀਤਾ ਅਤੇ ਮੇਰੀ ਹਿੰਮਤ ਇੰਨੀ ਹੀ ਹੋਈ। ਕਹਿੰਦੇ ਫਿਰ ਮੈਂ ਸ਼ੁਕਰਾਨਾ ਕੀਤਾ, ਮਹਾਰਾਜ ਸ਼ੁਕਰ ਹੈ ਅੰਮ੍ਰਿਤ ਵੇਲਾ ਲੇਖੇ ਤਾਂ ਲਾ ਦਿੱਤਾ, ਅੰਮ੍ਰਿਤ ਵੇਲੇ ਹਾਜ਼ਰੀ ਤਾਂ ਲੱਗ ਗਈ ਮੇਰੇ ਗਰੀਬ। ਦੂਜਾ ਦਿਨ ਆਇਆ ਸਾਧ ਸੰਗਤ, ਦੂਜੇ ਦਿਨ ਹਿੰਮਤ ਥੋੜ੍ਹੀ ਜਿਹੀ ਹੋਰ ਵਧੀ। ਸੁਖਮਨੀ ਸਾਹਿਬ ਨਿਤਨੇਮ ਆਸਾ ਕੀ ਵਾਰ, ਕਹਿੰਦੇ ਬਸ ਇੱਥੇ ਤੱਕ ਹੀ ਹਿੰਮਤ ਰਹੀ। ਤੀਜਾ ਦਿਨ ਆਇਆ ਅੰਮ੍ਰਿਤ ਵੇਲਾ, ਤੀਜਾ ਅੰਮ੍ਰਿਤ ਵੇਲਾ, ਤੀਜੇ ਅੰਮ੍ਰਿਤ ਵੇਲੇ ਕਹਿੰਦੇ ਮੈਂ ਪੂਰੀ ਤਰ੍ਹਾਂ ਕਾਇਮ ਹੋ ਗਈ, ਭਾਵੇਂ ਸਰੀਰ ਜਿੱਦਾਂ ਦਾ ਵੀ ਸੀ, ਦਰਦ ਸੀ ਕਿਵੇਂ ਵੀ, ਪਰ ਕਹਿੰਦੇ ਅੰਦਰਲਾ ਮਨ ਹੁਣ ਕਾਇਮ ਹੋ ਚੁੱਕਾ ਸੀ। ਤੀਸਰੇ ਦਿਨ ਉਹੀ ਨਿਤਨੇਮ ਜੋ ਸਾਧ ਸੰਗਤ ਤਿੰਨ ਚਾਰ ਦਿਨ ਪਹਿਲੇ ਚੱਲਦਾ ਪਿਆ ਸੀ, ਉਹੀ ਨਿਤਨੇਮ ਸਾਰਾ ਗੁਰੂ ਦੀ ਕਿਰਪਾ ਦੇ ਨਾਲ। ਫਿਰ ਸਿਮਰਨ ਸਾਧਨਾ ਵੀ ਅਟੈਂਡ ਕੀਤੀ ਜੀ, ਮੂਲ ਮੰਤਰ ਵੀ ਪੂਰਾ ਕੀਤਾ ਜੋ ਉਹਨੇ ਕੀਤਾ। ਮਤਲਬ ਕਹਿ ਲਓ ਕਿ ਨਾਗਾ ਨਹੀਂ ਪੈਣ ਦਿੱਤਾ, ਨਾਗਾ ਨਹੀਂ ਪੈਣ। ਤੀਸਰੇ ਦਿਨ ਕਹਿੰਦੇ ਛੁੱਟੀ ਹੋਈ, ਘਰੇ ਆਈ, ਮਹਾਰਾਜ ਦੇ ਅੱਗੇ ਇੱਕ ਸ਼ੁਕਰਾਨਾ ਕੀਤਾ ਕਿ ਗਰੀਬ ਨਿਵਾਜ ਮਨ ਬੇਈਮਾਨ ਹੋ ਗਿਆ ਸੀ, ਧਿਆਨ ਨਾਲ ਸੁਣਨਾ, ਮਨ ਬੇਈਮਾਨ ਹੋ ਗਿਆ ਸੀ, ਪਰ ਗਰੀਬ ਨਿਵਾਜ ਤੁਸੀਂ ਸਿਰ ਤੇ ਹੱਥ ਰੱਖ ਕੇ ਮੇਰੇ ਗਰੀਬਣੀ ਕੋਲੋਂ ਅੰਮ੍ਰਿਤ ਵੇਲੇ ਦੀ ਸੇਵਾ ਲੈ ਲਈ, ਇੱਕ ਦਿਨ ਦਾ ਵੀ ਨਾਗਾ ਨਹੀਂ ਪੈਣ ਦਿੱਤਾ। ਆਖੋ ਸਤਨਾਮ। ਇਹ ਹੈ ਇਹ ਹੈ ਸਾਧ ਸੰਗਤ ਪ੍ਰੇਮ ਆਪਣੇ ਸਾਹਿਬ ਲਈ, ਇਹ ਹੈ ਪ੍ਰੇਮ। ਪ੍ਰੇਮ ਭਗਤ ਜਿਸ ਕਹਿ ਮਨ ਲਾ ਗਈ ਤੇ ਨਿਸ਼ਾਨੀ ਕੀ ਹੋਏਗੀ, ਨਿਸ਼ਾਨੀ ਉਹਦੇ ਚੁੱਕੀ ਨਜ਼ਰ ਆਏਗੀ। ਕਹਿੰਦੇ ਗੁਣ ਗਾਵੇ ਆਨ ਦਿਨ ਨਿਤ ਜਾਗੀ, ਉਹਦੇ ਅੰਦਰ ਗੁਣ ਗਾਉਣ ਦੀ ਚਾਹ ਕਦੇ ਢਿੱਲੀ ਨਹੀਂ ਪਏਗੀ, ਗੁਣ ਗਾਉਣ ਦੀ ਚਾਹ ਸਦਾ ਵੱਧਦੀ ਹੀ ਜਾਏਗੀ। ਅੱਜ ਜਿੰਨੀ ਹੈ ਕੱਲ ਹੋਰ ਵਧੇਗੀ, ਪਰਸੋਂ ਹੋਰ ਵਧੇਗੀ, ਉਹ ਢਿੱਲੀ ਨਹੀਂ ਪਏਗੀ, ਸਗੋਂ ਨਾਮ ਜਪਣ ਦੀ ਚਾਹ ਵੱਧਦੀ ਜਾਏਗੀ, ਸਤਸੰਗਤ ਵੱਧਦੀ ਜਾਏਗੀ। ਇਹਨੂੰ ਕਹਿੰਦੇ ਨੇ ਪ੍ਰੇਮ ਭਗਤ। ਆਖੋ ਸਤਨਾਮ।